ਉਹਨਾਂ ਦੇ ਹਿਰਦੇ ਸਥਾਨ ਵਿੱਚ ਤੇਰਾ ਮੂਲਕ ਨਾਮ ਤੁਹਾਨੂੰ ਵੱਸਦਾ ਹੈ। Your sons are very fortunate, their home are filled with the wealth of the Lord's name. Praman gani se ye aaye safalat naam ke kaam, main samajhda haan ke unna da jagat vich auna bahut teriyan nazaron vich qabool hai। Un sant de naam de sare sansarik kaam ਸਿਰੇ ਚੜ ਜਾਂਦੇ ਹਨ। ਦੇਅਰ ਬਰਥ ਇਜ਼ ਅਪਰੂਵਡ ਐਂਡ ਦੇਅਰ ਐਕਸ਼ਨ ਆਰ ਫਰੂਟਫੁਲ। ਮੇਰੇ ਰਾਮ ਹਰ ਜਨ ਕਹਿਣ ਹੋਂ ਬਲ ਜਾਈ ਬਲ ਜਾਈ। ਹੇ ਮੇਰੇ ਰਾਮ ਤੇਰੀ ਮਿਹਰ ਹੋਵੇ ਤਾਂ ਮੈਂ ਸੇਵਕਾਂ ਤੋਂ ਵਾਰੇ ਵਾਰੇ ਕੁਰਬਾਨ ਜਾਂਦਾ ਹਾਂ। ਜਾਮਾ ਬਲਿਹਾਰ ਜੀ ਮੈਂ ਐਸੇ ਸਾਧੂਆਂ ਤੋਂ, ਜਾਮਾ ਬਲਿਹਾਰ ਜੀ ਮੈਂ ਐਸੇ ਸਾਧੂਆਂ ਤੋਂ,
ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਨਾਲ ਜੋੜਦੇ ਹਨ ਅਤੇ ਆਪ ਵੀ ਭਗਤੀ ਕਰਦੇ ਹਨ ਅਤੇ ਹੋਰਨਾਂ ਨੂੰ ਵੀ ਭਗਤੀ ਕਰਾਉਂਦੇ ਹਨ, ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਹਨ। ਆਪ ਤਾਂ ਮਿਲੇ ਹੀ ਹੁੰਦੇ ਹਨ ਅਤੇ ਸੰਗਤਾਂ ਨੂੰ ਵੀ ਮਿਲਾਉਂਦੇ ਹਨ। They give the gift of the soul and practice devotional worship. They inspire others to meet the Lord. Satya Amar Sati Patshahi Satya Saiti Rate. True are their command and true are their empire. They are attuned to the truth. ਸੰਤਿਆਂ ਸਦਾ ਫਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਸ਼ਾਹੀ ਵੀ ਅਟਲ ਰਹਿੰਦੀ ਹੈ। ਸੱਚਾ ਸੁੱਖ ਸੱਚੀ ਵਡਿਆਈ ਜਿਸ ਕੇ ਸੇ ਤਿਨ ਜਾਤੇ, ਟਰੂ ਇਜ਼ ਦੇਅਰ ਹੈਪੀਨੈਸ ਐਂਡ ਟਰੂ ਇਜ਼ ਦੇਅਰ ਗ੍ਰੇਟਨੈਸ, ਦੇ ਨੋ ਦਾ ਲਾਰਡ ਟੂ ਹੋਮ ਦੇ ਬਿਨੋਲ। ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਹੁੰਦਾ ਹੈ, ਉਹਨਾਂ ਦੀ ਸ਼ੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਵੀ ਉਹਨਾਂ ਦੀ ਕਦਰ ਜਾਣਦਾ ਹੈ। ਅੱਖਾਂ ਫੇਰੀ ਪਾਣੀ ਧੋਵਾਂ, ਹਰ ਜਨ ਕਹਿ ਪੀਸਣ ਪੀਸ ਕਮਾਵਾਂ, ਮੈਂ ਉਹਨਾਂ ਨੂੰ ਅੱਖਾਂ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਦਿੰਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀ ਕੇ ਸੇਵਾ ਕਰਦਾ ਰਹਾਂ। I wave the fan over them, carry water for them and grind corn for the humble servant of the Lord. ਨਾਨਕ ਕੀ ਪ੍ਰਭ ਪਾਸ ਬੇਨਤੀ, ਤੇਰੇ ਜਨ ਦੇਖਣ ਪਾਵਾਂ। ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ ਪ੍ਰਭੂ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ, ਤੇਰੇ ਸੰਤਾਂ ਵਿੱਚ ਦੀਦਾਰ ਹੋਵੇ ਤੇਰਾ।
वाहेगुरु जी। सतनाम श्री वाहेगुरु जी। साध पठाए आप हर गम सुनते नामी दूर, नानक ब्रह्म पौ मिट गए रमण राम भरपूर। कबीर संगत करिए साध की अंत करे निर्वाहो, साकत संग न कीजिए जानते मुए बिना। हर कर जन दोई एक गै बिब विचार किछ नाहे, जानते उपजत रंग ज्यो जल की बिखै समागे। मुड़ मुड़ याद दसावे तेरे संतां बरसी कहा जाता है। कई लोग मनते नहीं, कई लोगों की याददाश्त के वास्ते बरसी कहा जाता है, पर जिन्हों ने उन्होंने नाल समा गुजारिया होंगे उन्होंने वास्ते बरसी नहीं बरछी है। बरछी बरसी होंगी है लोगों की याददाश्त वास्ते जो हर एक साल आवे। बरछी वह होंगी है जी एक मारिया जान कट दे। बरछी एक शस्त्र का नाम है जो कुकड़ का शस्त्र है, जेडे उन्होंने प्यार करते ने जो नेड़े आ ना दिन यो दिन नेड़े आ गया जो संत जी महाराज सानू शरीरक तौर पर भी छोड़ा दे गए सी। और टाइम और दिन सब कुछ फिर याद आने लग जाता है। असी महाराज जी के चरणों में जाते होंगे सन, फिर महाराज जी साडा नाम लैके बुलाते होंगे सन, फिर महाराज जी साढ़े ना लाड प्यार दल, क्योंकि साधु साढ़े माता साधु साढ़े पिता साधु साढ़े भैन भाई होंगे।
ਜਿਹੜੀ ਗੱਲ ਅਸੀਂ ਰਿਸ਼ਤੇਦਾਰਾਂ ਦੇ ਨਾਲ ਨਹੀਂ ਨਾ ਕਰ ਸਕਦੇ ਉਹ ਅਸੀਂ ਸਾਧੂਆਂ ਦੇ ਨਾਲ ਕਰ ਸਕਦੇ ਹਾਂ। ਜਿਹੜਾ ਦੁੱਖ ਅਸੀਂ ਦੁਨੀਆਂ ਦੇ ਕਿਸੇ ਵੀ ਇਨਸਾਨ ਦੇ ਨਾਲ ਸਾਂਝਾ ਨਹੀਂ ਨਾ ਕਰ ਸਕਦੇ ਉਹ ਅਸੀਂ ਮਹਾਂਪੁਰਖਾਂ ਦੇ ਨਾਲ ਸਾਂਝਾ ਕਰ ਸਕਦੇ ਹਾਂ, ਕਿਉਂਕਿ ਮਹਾਂਪੁਰਖ ਅਕਾਲ ਪੁਰਖ ਦਾ ਦੂਸਰਾ ਰੂਪ ਹੁੰਦੇ ਹੈ। ਮਹਾਂਪੁਰਖਾਂ ਦੇ ਕੋਲ ਆ ਕੇ ਅਸੀਂ ਸਾਡੇ ਖਰਚੇ ਦੀਆਂ ਗੱਲਾਂ ਵੀ ਕਰ ਸਕਦੇ ਹਾਂ, ਕਰਜ਼ੇ ਦੀਆਂ ਵੀ ਕਰ ਸਕਦੇ ਹਾਂ। ਤੁਸੀਂ ਸ਼ਰੀਕਾਂ ਦੇ ਕੋਲ ਕਰਜ਼ੇ ਦੀ ਗੱਲ ਕਰਕੇ ਦੇਖੋ, ਜੇ ਕਿਤੇ ਸਾਰੇ ਪਿੰਡ ਨੂੰ ਸਵੇਰ ਨੂੰ ਹੀ ਨਾ ਪਤਾ ਲੱਗ ਜਾਵੇ ਇਹਨੇ ਤਾਂ ਲੱਖ ਰੁਪਈਆ ਦੇਣਾ। ਤੇ ਜਦੋਂ ਤੁਸੀਂ ਮਹਾਂਪੁਰਖਾਂ ਦੇ ਨਾਲ ਗੱਲ ਕਰਦੇ ਹੋ ਨਾ ਖਰਚੇ ਦੀ, ਕਈ ਵਾਰ ਤਾਂ ਮਹਾਂਪੁਰਖਾਂ ਮੁੱਠੀ ਭਰ ਕੇ ਫੜਾ ਦਿੰਦੇ ਨੇ, ਆ ਲੈ ਲਾ ਦੀ ਕਰਜ਼ੇ, ਲਾ ਦੀ ਤੂੰ ਕਰਜ਼ੇ। ਕਈ ਵਾਰ ਫਿਰ ਦੁੱਖ ਪਰ ਕਰ ਸੁੱਖ ਕਰ ਲੈ ਜਾਏ, ਸਾਡੇ ਸਾਰੇ ਦੁੱਖਾਂ ਨੂੰ ਕੱਟ ਦਿੰਦੇ ਆ। ਬਸ ਕੇਵਲ ਤੋਂ ਕੇਵਲ ਸ਼ਰਧਾ, ਵਿਸ਼ਵਾਸ, ਭਰੋਸਾ ਆਉਣ ਜਿਨ੍ਹਾਂ ਦੀਆਂ ਮਹਾਂਪੁਰਖਾਂ ਨੇ ਇਸ ਸੰਸਾਰ ਦੇ ਨਾਲ ਗੰਢਾਂ ਪਾਈਆਂ, ਪੁੱਤਰਾਂ ਦੀਆਂ ਦਾਤਾਂ ਦਿੱਤੀਆਂ, ਕੀ ਭੁੱਲ ਜਾਣਗੇ? ਨਹੀਂ ਭੁੱਲ ਸਕਦੇ। ਜਿਨ੍ਹਾਂ ਦੇ ਰੁਕੇ ਹੋਏ ਕਾਰਜ ਚਲਾ ਤੇ ਸੰਤ ਮਹਾਰਾਜ ਨੇ, ਕੀ ਭੁੱਲ ਜਾਣਗੇ? ਨਹੀਂ ਭੁੱਲ ਸਕਦੇ। ਜਿਨ੍ਹਾਂ ਦੇ ਟੁੱਟੇ ਘਰ ਬਣਾ ਦਿੱਤੇ ਭੁੱਲ ਜਾਣਗੇ? ਨਹੀਂ ਭੁੱਲਦੇ। ਕਈਆਂ ਨੇ ਨਾਮ ਦੀ ਜਾਚਨਾ ਕੀਤੀ, ਮਹਾਰਾਜ ਸਾਡਾ ਭਜਨ ਕਰਨ ਦਾ ਮਨ ਹੈ, ਸਿਮਰਨ ਕਰਨ ਦਾ ਮਨ ਹੈ, ਬੰਦਗੀ ਕਰਨ ਦਾ ਮਨ ਹੈ। ਕੋਈ ਟਾਈਮ ਸੀ ਸਾਨੂੰ ਝਲਕਾਰਾ ਪੈਂਦਾ ਸੀ, ਕੋਈ ਸਮਾਂ ਸੀ ਅਸੀਂ ਦੀਦਾਰ ਕਰਦੇ ਸਾਂ, ਪਰ ਅੱਜ ਅਸੀਂ ਪਰਮੇਸ਼ਰ ਨਾਲੋਂ ਟੁੱਟ ਚੁੱਕੇ ਹਾਂ। ਕੀ ਕੋਈ ਸ਼ਾਹੂਕਾਰ ਸਾਨੂੰ ਪਰਮੇਸ਼ਰ ਨਾਲ ਜੋੜ ਸਕਦਾ ਹੈ? ਕੀ ਕੋਈ ਧਨੀ ਪੁਰਸ਼ ਸਾਨੂੰ ਜੋੜ ਸਕਦਾ ਹੈ ਪਰਮੇਸ਼ਰ ਨਾਲ? ਕੀ ਕੋਈ ਲਾਣੇਦਾਰ, ਕੋਈ ਲੰਬੜਦਾਰ, ਕੋਈ ਥਾਣੇਦਾਰ, ਕੋਈ ਸਰਪੰਚ ਜੋੜ ਸਕਦਾ ਹੈ? ਨਹੀਂ ਜੋੜ ਸਕਦਾ। ਕੌਣ ਜੋੜੂਗਾ? ਆ ਪੜ੍ਹੀਏ ਜਰਾ ਉੱਚੀ ਆਵਾਜ਼ ਦੇ ਨਾਲ। ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋਗੇ ਮਨ ਦੇ, ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋਗੇ, ਸਾਧੂ ਹੀ ਜੋੜਨਗੇ।
केवल तो केवल साधु जिहड़े आप जुड़े हन ओह ही जोड़ सकते हैं। गल चल रही थी विछोड़े की, विछोड़ा सुने दुख बिन डिठे मरे ओ बाज प्यारे अपने बिरही नाम ही रो। जदों अज श्री गुरु नानक देव सच्चे पातशाह अपने शरीर का त्याग करन लगे, गुर प्रताप सूरज ग्रंथ चूड़ामणि कृत भाई साहब भाई संतोख सिंह जी, जदों महाराज जी ने एक बारी शरीर का परित्याग करना चाहिया, पहला महाराज जी ने सारियां नूं संदेश भेज दिते, अंतम दीदार कर लो भाई, सारियां संगतां दर्शन दीदार कर लो, असीं चलिया सचखंड नूं, सब संगतां दूरों दूरों वहीरां कट के आ रहियां ने, श्री चंद महाराज और लक्ष्मीदास महाराज महाराज दे दो साहिबजादे कहिंदे नहीं सानूं तां लगदा नहीं कि महाराज जी शरीर छड के जा रहे ने, महाराज रिष्ट पुष्ट हन, कोई दुख तकलीफ नहीं कह, शरीर सतगुरां दा बिलकुल ठीक है, सतगुरु नहीं जा रहे, सब संगतां ने दीदार कीते पर दोनों साहिबजादियां ने दीदार ना कीता। ओ समा आ गया जदों सतगुरु सच्चे पातशाह जी ने चादर विछा लई और अपने उपर शरीर दे उपरले पासे साहिब श्री गुरु नानक देव जी ने चादर ले लई, क्योंकि मैसेज आ चुकिया सी अकाल पुरख वाहिगुरु दा। जदों सतगुरां दा सेवादार बाहर खेतां दे विचों घा खोत रहा सी, उस समय तीन जने आके उन्हूं पुछदे ने, तू गुरु नानक देव जी दा सेवादार है? कहिंदा बिलकुल मैं गुरु नानक देव जी दा सेवादार हां। आ लै साडी परची जाके पकड़ा दे गुरु नानक देव जी नूं, असीं डैथ एंजल्स जां डैथ मैसेंजर्स हां, ਉਹਨਾਂ ਨੂੰ ਮੈਸੇਜ ਦੇਣ ਦੇ ਵਾਸਤੇ ਆਏਗਾ। ਹੁਣ ਇਸ ਸੇਵਾਦਾਰ ਨੇ ਪੱਤਰਿਕਾ ਪਕੜੀ, ਪੱਤਰਿਕਾ ਲਿਜਾ ਕੇ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪਕੜਾ ਦਿੱਤੀ ਹੈ, ਮਹਾਰਾਜ ਆਹ ਪੱਤਰਿਕਾ ਲੈ ਲਓ, ਤਿੰਨ ਅਦਭੁਤ ਸਰੀਰਾਂ ਵਾਲੇ, ਅਦਭੁਤ ਆਵਾਜ਼ ਵਾਲੇ, ਅਦਭੁਤ ਪਹਿਰਾਵੇ ਵਾਲੇ ਆਏ ਹਨ। ਉਹ ਇਹ ਪੱਤਰਿਕਾ ਦੇ ਕੇ ਗਏ ਕਨਾਥ ਜੀ ਦੇ ਵਾਸਤੇ। ਜਦੋਂ ਮਹਾਰਾਜ ਜੀ ਨੇ ਪੱਤਰਿਕਾ ਖੋਲੀ, ਮਹਾਰਾਜ ਕਹਿੰਦੇ ਉਹ ਸੱਜਣਾ, ਉਹ ਸੇਵਾਦਾਰ ਨੂੰ, ਉਹ ਸੱਜਣਾ ਇਹ ਪੱਤਰਿਕਾ ਤੈਨੂੰ ਪਤਾ ਕਾਹਦੇ ਵਾਸਤੇ ਹੈ? ਕਹਿੰਦਾ ਮੈਨੂੰ ਨਹੀਂ ਪਤਾ ਮਹਾਰਾਜ, ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ। ਕਹਿੰਦੇ ਆ ਸੁਣ ਲੈ ਪੱਤਰਿਕਾ ਕਾਹਦੇ ਵਾਸਤੇ ਹੈ। ਇਹ ਤਾਂ ਪਰਿਆ ਜਗਤ ਛੱਡ ਜਾਣਾ ਦੀਦਾਰ ਕਰ ਲਵਾਂਗੇ। ਜਦੋਂ ਭੀੜ ਘੱਟ ਗਈ,
रश घट गया फिर दीदार कर लवांगे। ओ सतगुरु सच्चे पातशाह जी ने भाई लहणा जी नूं आग्या कर दित्ती सी, तू जा के खडूर दी सेवा कर, जिहनूं असीं खडूर साहिब कहिंदे आ, तू जाके खडूर नगर दे विच सेवा करवा स्थान दी, इत्थे नहीं रहना साडे जाण तों बाद, चले जाणा तू इत्थों, ओ सेवा करवा रहेगी गन। हुण इधर आप जी ने जदों चादर विछा लई, दूसरी चादर उपर लै लई अपने शरीर दा, परित्याग कर दिता, साध संगत संगता रोना ही है, जिन्हां दा प्यार है। सतगुरु बाणी विच लिखदे हन, जिसका सज्जन रंगीला दुनिया तो चलिया जावे, जिदे मोटे ते सिर धर के, चरना ते सिर धर के असी रोंदे सां, जिहड़ा साडा दुख सुणदा हुंदा सी, अज उह चलिया गया। जिदे तुर गए ने सज्जन रंगीले, धाहां मार रोण संगतां, जिदा रंगला सज्जन चलिया जावे, सज्जन मेरे रंगले जाए सुते, हम पी वंजा डूबणी रोवा, वैराग तो आउंदा ही है। हुण असीं कीर्तनियां ने कीर्तन करके तुर जाना है, कितने महापुरखां दे दीदार करने ने, किसी ने कोई कंदरस देने वाली साखियां, किसी ने नवीं नवीं धारणा बना के, किसी ने सुंदर कवितावां बना के गाउणियां ने संगतां दी शोभा लैण दे वास्ते। पर साध संगत जी जिहनूं विछोड़ा पिया होया ना, इक विछोड़ा, इक दुख भूख, इक दुख सख्त वार जम दूर, इक दुख रोग लगे तन ताए, वैद ना भोले दारू लाए, ये विछोड़े दा ओ एवें जी महाराज कहते होंगे सी। दुख बुरे बिछोड़े दे संगत जी ए चलने ने औखे, क्योंकि असीं कितनी बारी बचन तुहाडा, कई बार पुत्र बचन नहीं मानदा हुंदा, कई बारी जिन्हें कुछ बनना हुंदा दूरों आके भी चरण वंदना करके प्राप्तियां कर लैंदे, कई बार जिहड़े पुत्र हुंदे ने बच्चे नाल रहण वाले ओह खाली रह जांदे ने। अत कथनी नहीं, तुसीं एक्सपेरिमेंट करके देख सकदे हो। बड़े बड़े साधु ने जिन्हां दे बच्चियां ने केस कटाए ने, बड़े बड़े साधु ने जिन्हां दे बच्चे शराबा भी पींदे ने, माफ करना, बड़े बड़े साधु जिहड़े स्टेजां दे उत्ते तवा भी ला दिंदे सी शराब पीण वालियां ते, पर उन्हां दे बच्चे दारू पींदे ने।
ਕਈ ਵਾਰੀ ਆਪ ਮਹਾਂਪੁਰਖ ਦੁਨੀਆਂ ਨੂੰ ਅੰਮ੍ਰਿਤ ਛਕਾ ਦਿੰਦੇ, ਉਹਨਾਂ ਦੇ ਬੱਚੇ ਆਪ ਅੰਮ੍ਰਿਤ ਤੋਂ ਕਦਤ ਹੋ ਜਾਂਦੇ ਆ। ਕਈ ਵਾਰੀ ਨਾਲ ਰਹਿਣ ਵਾਲੇ ਪੂਰਨ ਤੌਰ ਤੇ ਲਾਭਾ ਨਹੀਂ ਲੈ ਸਕਦੇ ਹੁੰਦੇ, ਪਰ ਫਿਰ ਵੀ ਬਾਬਾ ਸ਼੍ਰੀ ਚੰਦ ਜੀ ਬੇਨਤੀ ਕਰਦੇ, ਮਹਾਰਾਜ ਕਿਰਪਾ ਕਰੋ, ਕੋਈ ਗਿਆਨ ਕਰਵਾ ਕੇ ਜਾਓ, ਨਹੀਂ ਸਾਰੀ ਦੁਨੀਆ ਸਾਨੂੰ ਮਿਹਣੇ ਮਾਰੂਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰੀਰ ਛੋੜ ਦਿਆ ਥਾ, ਮਗਰ ਵਾਪਸ ਫੇਰ ਸਰੀਰ ਵਿੱਚ ਆ ਕੇ ਆ ਆਸ਼ੀਰਵਾਦ ਦਿੱਤਾ। ਉਹ ਨਿਰਮਲ ਪੰਥ ਚਲਾਇਆ ਧੰਨ ਗੁਰੂ ਨਾਨਕ ਸਰੀਰ ਛੱਡ ਦਿੱਤਾ ਹੈ, ਸਰੀਰਕ ਤੌਰ ਤੇ ਮੈਨੂੰ ਸਦੀਵ ਕਾਲ ਵਾਸਤੇ ਛੋੜ ਕਰਕੇ ਚਲੇ ਗਏ ਹਨ। ਹੁਣ ਖਡੂਰ ਤੋਂ ਚਾਲੇ ਪਾਉਂਦੇ ਆ, ਇੱਥੇ ਆਉਂਦੇ ਆ ਕਰਤਾਰਪੁਰ ਦੇ ਵਿੱਚ ਆ ਕੇ ਮੈਂ ਦੀਦਾਰ ਕਰਾਂ, ਰੋਂਦੇ ਭੁੱਖਾ ਮਾਰਦੇ ਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰੀਰ ਛੱਡ ਦਿੱਤਾ ਸੀ। ਉਸ ਵੇਲੇ ਪਠਾਨ ਆ ਗਏ ਸੀ, ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਿਆ ਹੋਵੇਗਾ ਜਾਂ ਸੁਣਿਆ ਹੋਵੇਗਾ, ਜਿਵੇਂ ਬਾਬਾ ਜੀ ਕਥਾ ਕਰਦੇ। ਮੈਂ ਇਹਨਾਂ ਦਾ ਬੜਾ ਹੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪ ਦੇ ਸਮੇਂ ਵਿੱਚੋਂ ਮੈਨੂੰ ਸਮਾਂ ਦਿੱਤਾ, ਕਿਉਂਕਿ ਬਰਸੀ ਦੇ ਦਿਨ ਜਦੋਂ ਆਉਣਾ ਹੈ ਉਦੋਂ ਤਾਂ ਪੜ੍ਹ ਲਓ ਜੀ ਦੋ ਧਾਰਨਾ, ਪੜ੍ਹ ਲਓ ਜੀ ਇੱਕ ਧਾਰਨਾ, ਬੜੇ ਬੜੇ ਵੱਡੀਆਂ ਵੱਡੀਆਂ ਹਸਤੀਆਂ ਆਉਂਦੀਆਂ ਨੇ, ਅਸੀਂ ਉਹਨਾਂ ਦੇ ਦੀਦਾਰ ਕਰਦੇ ਹਾਂ, ਰੱਜ ਰੱਜ ਕੇ ਦਰਸ਼ਨ ਪਾਉਂਦੇ ਹਾਂ। ਉਹ ਤਾਂ ਬਹੁਤ ਵੱਡਾ ਕੁੰਭ ਲੱਗਿਆ ਹੁੰਦਾ ਹੈ, ਉੱਥੇ ਆਏ ਨਹੀਂ ਹੈ ਕਿ ਜਿਵੇਂ ਆਪਾਂ ਗੁਰਦੇ ਪਿਓਸੀ ਨੂੰ ਚੱਕ ਮਾਰ ਲੈਂਦੇ ਹਾਂ, ਬੁਰਕੀ ਵੱਢ ਕੇ ਛੱਕ ਲੈਂਦੇ ਹਾਂ, ਉਹ ਤਾਂ ਫਿਰ ਐਂ ਕਿਣਕਾ ਕਿਣਕਾ ਹੀ ਮਿਲਦਾ ਹੁੰਦਾ ਹੈ। ਆਹ ਹੁਣ ਬੜਾ ਧੰਨਵਾਦ ਹੈ ਬਾਬਾ ਸੁਖਦੇਵ ਸਿੰਘ ਉਸਤਾਦ ਜੀ, ਸਾਡੇ ਉਸਤਾਦ ਨੂੰ ਤੇ 3 ਤੋਂ 5 ਵਜੇ ਤੱਕ ਕਲਾਸ ਲੱਗਦੀ ਹੈ, ਬੱਚਿਆਂ ਦੀ ਗੁਰਬਾਣੀ ਦਾ ਕੀਰਤਨ ਸਿਖਾਉਂਦੇ ਹੈ, ਟਕਸਾਲ ਦੇ ਵਿੱਚੋਂ ਜਵੱਦੀ ਟਕਸਾਲ ਚੋਂ ਬੱਚੇ ਨੂੰ ਤਬਲਾ ਸਿਖਾਉਣ ਵਾਸਤੇ ਆਉਂਦੇ ਹੈ, ਕਲਾਸ ਲੱਗਦੀ, ਇਹਨਾਂ ਦਾ ਬੜਾ ਧੰਨਵਾਦ। ਮਹਾਰਾਜ ਜੀ ਸ਼੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਮਹਾਰਾਜ ਜੀ ਨੇ ਇਹਨਾਂ ਦੀ ਡਿਊਟੀ ਲਗਾਈ, ਪਰ ਇਹਨਾਂ ਨੇ ਆਪ ਮਿੱਠਾ ਪ੍ਰਸ਼ਾਦ ਨਹੀਂ ਛਕਿਆ, ਮੈਨੂੰ ਵੀ ਛਕਾ ਦਿੱਤਾ, ਮੇਰੇ ਵੀ ਮੈਂ ਇੱਧਰ ਬੈਠ ਕੇ ਕਦੇ ਦਰਸ਼ਨ ਹੀ ਨਹੀਂ ਕੀਤੇ, ਮੈਂ ਕਦੇ ਨਮਸਕਾਰ ਹੀ ਨਹੀਂ ਕੀਤੀ, ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਮੈਨੂੰ ਦੀਦਾਰ ਕਰਵਾ ਦਿੱਤੇ। ਉਦਣ ਆਵਾਂਗੇ ਨਮਸਕਾਰ ਕਰਕੇ ਮੁੜ ਜਾਵਾਂਗੇ, ਪਰ ਆਹ ਜੋ ਆਨੰਦ ਹੈ ਇਹ ਆਨੰਦ ਉਸ ਤੋਂ ਜ਼ਿਆਦਾ ਆਏਗਾ ਹੈ, ਕਿਉਂਕਿ ਅਸੀਂ ਸੰਤ ਮਹਾਰਾਜ ਜੀ ਨੂੰ ਕੀਰਤਨ ਸੁਣਾ ਰਹੇ ਹਾਂ। ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਤੇਜਾ ਸਿੰਘ ਮਹਾਰਾਜ, ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ, ਸ਼੍ਰੀਮਾਨ ਕਿੰਨੀਆਂ ਰੂਹਾਂ ਸਾਡਾ ਇੱਥੇ ਬੈਠਿਆਂ ਦਾ ਕੀਰਤਨ ਸੁਣ ਰਹੀਆਂ ਨੇ, ਕਿਤਨਾ ਆਨੰਦ ਵਰਤ ਰਿਹਾ ਹੈ। ਅਸੀਂ ਉਹਨਾਂ ਨੂੰ ਚਰਨ ਵੰਦਨਾ ਕਰਦੇ ਹਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਨੂੰ ਸਤਸੰਗ ਕਰਨ ਦਾ ਮੌਕਾ ਮਿਲਿਆ। ਰਹਿੰਦੀ ਵਿਚਾਰ ਜੇ ਫਿਰ ਕਿਤੇ ਵਿੱਚ ਦੀ ਆਏ
ਫਿਰ ਪੂਰੀ ਕਰ ਲਵਾਂਗੇ ਕਿਉਂਕਿ ਜ਼ਿਆਦਾ ਵੈਰਾਗ ਦਾ ਇਸ ਤੋਂ ਅੱਗੇ ਪ੍ਰਸੰਗ ਹੈ। ਰੋਣਾ ਹੈ, ਉਦਾਸ ਹੋਣਾ ਹੈ, ਫਿਰ ਇੱਕ ਕਮਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਣਾ ਹੈ, ਫਿਰ ਉਹ ਕਮਰੇ ਦੇ ਬਾਹਰ ਲਿਖ ਦੇਣਾ, ਕੋਈ ਮੈਨੂੰ ਬਾਹਰ ਨਾ ਕੱਢਿਓ, ਜਿਸ ਪ੍ਰੀਤਮ ਪਿਆਰੇ ਦਾ ਮੈਨੂੰ ਵਿਛੋੜਾ ਪੈ ਗਿਆ ਮੈਂ ਉਹ ਚ ਅਭੇਦ ਹੋਣਾ ਚਾਹੁੰਦਾ। ਬਹੁਤਾ ਵੈਰਾਗ ਦਾ ਇਤਿਹਾਸ ਹੈ ਗੁਰੂ ਅੰਗਦ ਦੇਵ ਜੀ ਦਾ। ਸਾਧ ਸੰਗਤ ਜੀ, ਕੋਇਲ ਵਾਲੀ ਹਾਲਤ ਹੈ। ਧਾਰਨਾ ਪੜ੍ਹ ਕੇ ਪੰਜ ਮਿੰਟ ਰਹਿੰਦੇ ਸਾਡੇ ਨਾਲ, ਇੱਕ ਛੋਟੇ ਬੱਚੇ ਨੇ ਕਵਿਤਾ ਤਿਆਰ ਕੀਤੀ, ਉਹ ਗਾਵੇਗਾ, ਫਿਰ ਆਪਾਂ ਆਨੰਦ ਸਾਹਿਬ ਜਾਂ ਗੁਰੂ ਸਤੂਤਰ ਪੜ੍ਹ ਦਿਆਂਗੇ। ਭਾਈ ਮੈਨੂੰ ਪੈ ਗਿਆ ਵਿਛੋੜਾ ਮੇਰੇ ਪ੍ਰੀਤਮ ਦਾ, ਕਾਲੀ ਗੋਗੀ ਕੋਇਲ ਵਾਲੀ। ਪਹਿਚਾਣ
Yeah.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।